ਐਸ ਓ ਪੀ ਲਾਲ ਸੰਜੀਵ ਕਪੂਰ ਨੇ ਦੱਸਿਆ ਕਿ ਸਥਾਨਕ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 57 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਪੂਰ ਨੇ ਦੱਸਿਆ ਕਿ ASI ਗੁਰਮੀਤ ਰਾਮ ਨੇ ਸਾਥੀ ਕਰਮਚਾਰੀਆਂ ਨਾਲ ਨਾਕਾਬੰਦੀ ਕਰਕੇ ਤਿੰਨ ਨਸ਼ਾ ਤਸਕਰਾਂ ਹਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਸੁਦੇਸ਼ ਕੁਮਾਰ ਵਾਸੀ ਫਿਲੌਰ, ਵਿਨੋਦ ਕੁਮਾਰ ਔਹਰੀ ਪੁੱਤਰ ਰਾਣਾ ਰਾਮ ਵਾਸੀ ਅਕਲਪੁਰ ਕੋਲੋਂ 52 ਗ੍ਰਾਮ ਹੈਰੋਇਨ ਫੜੀ। ਇੱਕ ਹੋਰ ਵਿਅਕਤੀ ਸੁਮੀਤ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਗੰਨਾ ਪਿੰਡ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਧਾਰਾ 21(2)(85) NDPS ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਨਸ਼ੇ ਦੇ ਖਿਲਾਫ਼ ਮੁਹਿੰਮ ਦੇ ਵਿੱਚ ਥਾਣਾ ਫਿਲੌਰ ਨੂੰ ਮਾਨਯੋਗ SSP ਜਲੰਧਰ ਦਿਹਾਤੀ ਜੀ ਦੇ ਸ਼੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਸ਼੍ਰੀ ਗੁਰਲੀਨ ਸਿੰਘ ਦੇ ਹਦਾਇਤਾਂ ਮੁਤਾਬਕ ਸਵੇਰੇ ਸਫਲਤਾ ਹਾਸਲ ਹੋਈ ਹੈ। ਜਦ ਥਾਣਾ ਫਿਲੌਰ ਵਿਖੇ ਦੋ ਮੁਕੱਦਮੇ ਦਰਜ ਹੋਏ ਹੈ, ਮੁਕੱਦਮਾ ਨੰਬਰ 278 ਅਤੇ 280। 278 ਨੰਬਰ ਮੁਕੱਦਮਾ ਬਰਖਿਲਾਫ਼ ਹਰਪ੍ਰੀਤ ਸਿੰਘ ਅਲੀਅਸ ਗੋਲਡੀ ਅਤੇ ਦੂਸਰਾ ਵਿਨੋਦ ਕੁਮਾਰ ਪੁੱਤਰ ਵਾਸੀ ਅਕਲਪੁਰ ਵਿਲੇਜ ਦੇ ਰਜਿਸਟਰ ਹੋਇਆ, ਜੋ ਕਿ ਹਰਪ੍ਰੀਤ ਸਿੰਘ ਪਾਸੋਂ 32 ਗ੍ਰਾਮ ਹੀਰੋਇਨ ਅਤੇ ਵਿਨੋਦ ਕੁਮਾਰ ਪਾਸੋਂ 20 ਗ੍ਰਾਮ ਹੀਰੋਇਨ ਸਮੇਤ ਇੱਕ ਮੋਟਰਸਾਈਕਲ ਦੇ ਬਰਾਮਦ ਹੋਇਆ। ਇਸੀ ਮੁਹਿੰਮ ਦੇ ਵਿੱਚ ਇੱਕ 280 ਨੰਬਰ ਮੁਕੱਦਮਾ ਬਰਖਿਲਾਫ਼ ਸੁਮਿਤ ਪੁੱਤਰ ਬਲਦੇਵ ਵਾਸੀ ਗੰਨਾ ਪਿੰਡ ਦੇ ਰਜਿਸਟਰ ਕੀਤਾ ਗਿਆ, ਜੋ ਕਿ ਜਿਸ 'ਤੇ ਪਹਿਲਾਂ ਵੀ ਨੂਰਮਹਿਲ ਵਿਖੇ ਇੱਕ NDPS ਦਾ ਮੁਕੱਦਮਾ ਦਰਜ ਸੀ, ਜੋ ਉਸ ਪਾਸੋਂ ਕਰੀਬ 5 ਗ੍ਰਾਮ ਹੀਰੋਇਨ ਥਾਣਾ ਫਲੋਰ ਵਿਖੇ ਬਰਾਮਦ ਹੋਈ ਹੈ, ਅਤੇ ਜੋ ਕਿ ਦੋਨੋਂ ਤਿੰਨਾਂ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਵਿੱਚ ਲਿਆਂਦੇ ਜਾ ਰਹੀ ਹੈ। ਕੀ ਸਰ ਇਹਨਾਂ ਦਾ ਰਿਮਾਂਡ ਲਿਆ ਗਿਆ? ਇਹਨਾਂ 'ਚ ਦੋ ਦੋਸ਼ੀ ਹਰਪ੍ਰੀਤ ਕੁਮਾਰ ਅਤੇ ਵਿਨੋਦ ਕੁਮਾਰ ਰਿਮਾਂਡ 'ਤੇ ਨੇ, ਅਤੇ ਸੁਮਿਤ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ, ਜਿਹਦੇ ਨਾਲ ਕੱਲ੍ਹ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। Subscribe now and press the bell icon. Never miss an update.